अस्सलाम वालेकुम। शुरू अल्लाह के नाम तो जड़ा बड़ा मेहरबान है, नहायत रहम करने वाला है, जड़ा जमीनों आसमान का मालक है, जिदी इजाजत तो बगैर कोई पत्ता हरकत नहीं कर सकता। कौन कह दे तो दुनिया के सारे काम हो जाए। मैं थोड़ा दोस्त सुल्तान शेख, पंजाब के बड़े खूबसूरत संती शहर सियालकोट के पिंड पूरब कलेर तो जी। हसबे वादा जनाब, साढ़े दूसरा ब्लाग जड़ा वे वह डेरिया के उपर, दूसरा एपीसोड, दूसरी किस्त जी है वो थोड़ी खिदमत हाजिर है। खिदमत असी जनाब इस वेले मौजूद हाँ डेरा भाई मुहम्मद इसहाक साहब, असी आए हैं उन्होंने डेरे के उपर। माशाल्लाह इस तरफ उन्होंने जानवर जड़े ने वह मेरी बैक साइड तो देख सकते हो, परे मझा तो लेले तो इस साइड तो भेडू जड़े ने ना वह बजे ने। तो इस तरफ ने मेरे कोल भाई इसहाक साहब, तो इन्हों को असं जानते हैं जी इस डेरे की सूरत हाल कि यह डेरा जोड़ा वे यह कि पुराना वे और डेरे के उपर इन्होंने किड़े किड़े जानवर रखे ने। अस्सलाम वालेकुम भाई जी, की हाल है? ठीक हो भाई जी? सानू यह दसो कि थोड़ा डेरा जोड़ा है कि देर तो आबाद है और डेरे के उपर तुसे ਕਿਹੜੇ ਕਿਹੜੇ ਜਾਨਵਰ ਜਿਹੜੇ ਨੇ ਰੱਖੇ ਨੇ? ਡੇਰਾ ਕੋ 40 45 ਸਾਲ ਤੋਂ ਬਾਅਦ ਹੈ ਜੀ ਜੀ। ਇਹਦੇ ਵਿੱਚ ਮੱਝਾਂ ਰੱਖੀ ਦੀਆਂ। ਅੱਛਾ ਜੀ। ਬੱਕਰੀ ਦੇ ਲੈਲੇ ਰੱਖੇ ਦੇ। ਤੇ ਤੁਸੀਂ ਕਿਹੜੇ ਕਿਹੜੇ ਫਸਲ ਜਿਹੜੀ ਹੈ ਨਾ? ਭੇਡ ਦੇ ਲੈਲੇ ਰੱਖੇ ਦੇ। ਤੇ ਠੀਕ, ਤੇ ਤੁਸੀਂ ਕਿਹੜੇ ਕਿਹੜੇ ਫਸਲ ਜਿਹੜੀ ਹੈ ਇੱਥੇ ਕਾਸ਼ਤ ਕਰਦੇ ਹੋ? ਔਰ ਮਾਸ਼ਾਅੱਲਾ ਮੁਲਕੀ ਤਰੱਕੀ ਦੇ ਵਿੱਚ ਤੁਹਾਡਾ ਵੀ ਬੜਾ ਅਹਿਮ ਕਿਰਦਾਰ ਹੈ। ਇਸ ਵੇਲੇ ਤੁਸੀਂ ਫਸਲ ਕਿਹੜੀ ਲਾਈ ਹੈ ਔਰ ਜ਼ਿਆਦਾਤਰ ਤੁਸੀਂ ਕਿਹੜੀ ਫਸਲ ਦੀ ਜਿਹੜੀ ਨਾ ਕਾਸ਼ਤਕਾਰੀ ਕਰਦੇ ਹੋ? ਕਾਸ਼ਤ ਅਸੀਂ ਕਰਦੇ ਜੇ, ਮੁੰਜੀ ਕਰਦੇ ਜੇ ਜੀ ਜੀ, ਕਣਕ ਕਰਦੇ ਜੇ ਜੀ ਜੀ, ਔਰ ਕੁਮਾਰ ਲਾਈਦਾ ਜੀ ਥੋੜ੍ਹਾ ਕੁ। ਠੀਕ ਹੈ, ਉਹ ਜਾਨਵਰਾਂ ਦੇ ਇਸਤੇਮਾਲ ਵਾਸਤੇ ਲਾਉਂਦੇ ਹੋ ਜਾਂ ਉਹਦੇ ਕੋਲ ਰੋਹ ਕੱਢੀ ਜਾਂਦੀ ਹੈ ਜਾਂ ਉਹਦਾ ਕੋਈ ਗੁੜ ਬਣਾਇਆ ਜਾਂਦਾ? ਉਹ ਜਾਨਵਰਾਂ ਦੇ ਇਸਤੇਮਾਲ 'ਚ ਵੀ ਕਰੀਦੀ ਹੈ ਜੀ ਜੀ, ਅਤੇ ਹੋਰ ਚੋਪਣ ਚਾਪਣ ਵਾਸਤੇ ਗੰਨੇ ਵੀ ਜੀ ਜੀ ਕਰੀਦੇ ਹਾਂ। ਦਿਨ ਰਾਤ ਤੁਸੀਂ ਡੇਰੇ ਤੇ ਹੁੰਦੇ ਹੋ ਹਾਂਜੀ, ਜਾਂ ਇੱਥੇ ਕੋਈ ਹੋਰ ਮੁਲਾਜ਼ਮ ਵੀ ਤੁਹਾਡੇ ਨਾਲ ਕੰਮ ਕਰਦੇ? ਮੁਲਾਜ਼ਮ ਹੀ ਹੁੰਦਾ ਡੇਰੇ 'ਚ, ਆਪ ਵੀ ਆਏ ਜੀ। ਮਾਸ਼ਾਅੱਲਾ ਜੀ, ਐਸਨ ਭਾਈ ਸਾਹਿਬ ਸਾਹਿਬ ਦਾ ਡੇਰਾ ਤੇ ਡੇਰੇ ਦੀ ਜਿਹੜੀ ਨਾ ਉਹ ਬੜੀ ਖੂਬਸੂਰਤੀ ਹੈ। ਇਹਦਾ ਜਨਾਬ ਇਹਨਾਂ ਦੇ ਵੇਖ ਸਕਦੇ ਕਿ ਡੰਗਰ ਨੇ ਬੱਜੇ ਦੇ, ਅਤੇ ਇਹ ਜਨਾਬ ਰਾਤ ਨੂੰ ਇਸ ਤਰਫ ਜਿਹੜੇ ਇਹਨਾਂ ਡੰਗਰ ਇਸ ਇਹਨਾਂ ਕਮਰਿਆਂ ਦੇ ਵਿੱਚ ਜਿਹੜੇ ਇਹਨਾਂ ਰਾਤ ਨੂੰ ਲੈ ਜਾਂਦੇ ਨੇ, ਅਤੇ ਇਹ ਮਾਸ਼ਾਅੱਲਾ ਇਸ ਤਰਫ ਉਹਨਾਂ ਦਾ ਰਕਬਾ ਹੈ। ਅਤੇ ਜਿੱਥੋਂ ਤੱਕ ਨਜ਼ਰ ਆ ਰਿਹਾ ਜਨਾਬ ਇਹ ਰਕਬਾ ਐਸੇ ਡੇਰੇ ਦੇ ਨਾਲ ਮੁਤਸਲ ਹੈ ਇਸ ਡੇਰੇ ਵਾਲਿਆਂ ਦੇ ਜੀ। ਅਤੇ ਹੁਣ ਜਨਾਬ ਤੁਹਾਨੂੰ ਲੈ ਕੇ ਚੱਲਦੇ ਹਾਂ ਅੱਗੇ ਭਾਰਤ ਆਪੂ ਦੇ ਡੇਰੇ 'ਤੇ। ਅਸੀਂ ਜੀ ਪਹੁੰਚ ਚੁੱਕੇ ਹਾਂ ਇਸ ਵੇਲੇ ਡੇਰਾ ਹਾਜੀਆਂ ਦਾ, ਜਿਹਨੂੰ ਚਲਾ ਰਹੇ ਨੇ ਭਾਈ ਸਰਦਾਰ ਔਰ ਭਾਈ ਕਾਕੂ ਸਾਹਿਬ। ਅਤੇ ਮਾਸ਼ਾਅੱਲਾ ਇਹ ਡੇਰਾ ਵੀ ਜਿਹੜਾ ਨਾ ਖੂਬਸੂਰਤੀ ਤੋਂ ਭਰਪੂਰ ਹੈ ਅਤੇ ਬੜਾ ਵਸੀ ਔਰ ਰੀਸ ਜਿਹੜਾ ਨਾ ਇਹ ਡੇਰਾ। ਅਤੇ ਅਸੀਂ ਗੱਲਬਾਤ ਕਰਾਂਗੇ ਜੀ ਭਾਈ ਸਰਦਾਰ ਹੋਣਾਂ ਦੇ ਨਾਲ, ਅਤੇ ਉਹਨਾਂ ਕੋਲ ਜਾਣਾਂਗੇ ਇਸ ਡੇਰੇ ਦੇ ਬਾਰੇ ਵਿੱਚ ਮਾਲੂਮਾਤ। ਲਓ ਜੀ, ਮੇਰੇ ਨਾਲ ਨੇ ਭਾਈ ਸਰਦਾਰ ਸਾਹਿਬ। ਅਤੇ ਮਾਸ਼ਾਅੱਲਾ ਅਸੀਂ ਜਦੋਂ ਵੇਖਦੇ ਹਾਂ ਤਾਂ ਜਵਾਨ ਹੁੰਦੇ ਹਨ ਅਤੇ ਅਸੀਂ ਬੱਚੇ ਹੁੰਦੇ ਹਾਂ, ਅਤੇ ਮਾਸ਼ਾਅੱਲਾ ਹੁਣ ਵੀ ਉਮਰ ਸਿੱਧਾ ਹੋ ਗਏ ਨੇ ਅਤੇ ਸਾਰੀ ਜ਼ਿੰਦਗੀ ਜਨਾਬ ਇੰਨਾ ਗੁਜ਼ਾਰੀਏ ਇਸ ਡੇਰੇ ਦੇ ਉੱਪਰ, ਅਤੇ ਡੇਰੇ ਦੀ ਇਹਨਾਂ ਬੜੀ ਖਿਦਮਤ ਕੀਤੀ ਹੈ। ਅਤੇ ਇਹਨਾਂ ਕੋਲ ਜਾਣਦੇ ਹਾਂ ਜਨਾਬ ਇਹ ਡੇਰਾ ਕਿੰਨਾ ਪੁਰਾਣਾ ਹੈ। ਅਤੇ ਮੇਰੇ ਵਾਲਦ ਸਾਹਿਬ ਦੇ ਜੇ ਦੋਸਤ ਹਨ ਅਤੇ ਬੜੇ ਜਿਗਰੀ ਯਾਰ ਸਨ ਮੇਰੇ ਵਾਲਦ ਸਾਹਿਬ ਦੇ, ਅਤੇ ਇਕੱਠੇ ਬਹਿੰਦੇ ਨੇ, ਇਕੱਠੇ ਹੀ ਆਪਣਾ ਸ਼ੁਗਲ ਮੇਲਾ ਇਹਨਾਂ ਲਾਉਣਾ ਕਰਨਾ ਅਤੇ ਅਸਾਂ ਆ ਕੇ ਇਹਨਾਂ ਦੇ ਕੋਲ ਖੇਡਣਾ ਕਰਨਾ। ਅਤੇ ਅੱਜ ਜਨਾਬ ਇਹਨਾਂ ਕੋਲ ਜਾਣਦੇ ਹਾਂ ਇਸ ਡੇਰੇ ਦੇ ਬਾਰੇ 'ਚ ਕਿ ਡੇਰਾ ਕਿੰਨਾ ਪੁਰਾਣਾ ਵੇ ਔਰ ਇਸ ਡੇਰੇ ਦੀ ਹਕੀਕਤ ਕੀ ਹੈ। ਅਸਲਾਮ ਵਾਲੇਕੁਮ ਭਾਅ ਜੀ। ਭਾਈ ਸਰਦਾਰ, ਇਹ ਦੱਸੋ ਸਾਨੂੰ ਕਿ ਇਹ ਡੇਰਾ ਜਿਹੜਾ ਕਿੰਨਾ ਕੁ ਪੁਰਾਣਾ ਵੇ? 40-50 ਸਾਲ ਪੁਰਾਣਾ। ਅਤੇ ਇਸ ਡੇਰੇ ਦੇ ਉੱਪਰ ਜਦੋਂ ਅਸੀਂ ਆਉਂਦੇ ਹਾਂ ਨਿੱਕੇ ਹੁੰਦੇ ਹਾਂ ਅਤੇ ਬੜੇ ਖੂਬਸੂਰਤ ਇੱਥੇ ਗੋਲਾਂ ਦੇ ਅਤੇ ਸ਼ਤੂਤ ਦੇ ਦਰਖਤ ਲੱਗੇ ਹੁੰਦੇ ਹਨ ਅਤੇ ਛਾਵਾਂ ਦੇ ਥੱਲੇ ਅਸੀਂ ਖੇਡਦੇ ਹਾਂ, ਅਤੇ ਇਸ ਤਰਫ ਜੇ ਅਮਰੂਦਾਂ ਦਾ ਹੁੰਦਾ ਸੀ ਬਾਗ, ਅਤੇ ਉਦੋਂ ਬਹਾਰਾਂ ਬੜੀਆਂ ਹੁੰਦੀਆਂ ਹਨ ਅਤੇ ਡੇਰੇ ਖੁੱਲ੍ਹੇ ਖੁੱਲ੍ਹੇ ਹੁੰਦੇ ਹਨ। ਅਤੇ ਇਸ ਵੇਲੇ ਜਨਾਬ ਡੇਰੇ 'ਤੇ ਰੌਣਕ ਤੁਹਾਡੀ ਹੁਣ ਵੀ ਬੜੀ ਲੱਗੀ ਰਹਿੰਦੀ ਹੈ, ਦੋਸਤਾਂ ਦੇ ਨਾਲ ਤੁਸੀਂ ਮਾਸ਼ਾਅੱਲਾ ਖੂਬ ਗੱਪ ਸ਼ੱਪ ਲਗਾਉਂਦੇ ਹੋ, ਅਤੇ ਤੁਸੀਂ ਇਸ ਡੇਰੇ ਦੇ ਉੱਤੇ ਤੁਹਾਨੂੰ ਕੰਮ ਕਰਦਾ ਕਿੰਨੀ ਕੁ ਦੇਰ ਹੋ ਗਈ? 40-50 ਸਾਲ ਹੋ ਗਏ। ਅਤੇ ਸਾਰੀ ਜ਼ਿੰਦਗੀ ਤੁਸਾਂ ਇਸ ਡੇਰੇ ਦੇ ਉੱਤੇ ਕੱਢ ਦਿੱਤੀ ਹੈ, ਅਤੇ ਇਸ ਵੇਲੇ ਤੁਸੀਂ ਕਿਹੜੀ ਫਸਲ ਜਿਹੜੀ ਉਹ ਲਾਈ ਹੈ ਡੇਰੇ 'ਤੇ? ਕਣਕ ਅਤੇ ਇਸ ਤੋਂ ਇਲਾਵਾ ਹੋਰ ਕੋਈ ਨਵੀਂ ਜਿਹੜੀ ਕੋਈ ਫਸਲ ਜਿਹੜੀ ਤੁਸੀਂ ਲਾਉਂਦੇ ਹੋਵੋ, ਕੋਈ ਨਵਾਂ ਚਾਰਾ ਜਿਹੜਾ?
नहीं नहीं कणक ही लाई है सारी, अगों हाली टाइम ही नहीं लगता पे। अच्छा अच्छा खरबूजा दवाना लाना है जी भाई। सरदार साहब ने थोड़े से गपशप करवाई है ते ए इन्हां दा डेरा बड़ा ही खूबसूरत है, वसी और ईज है। पिछे जेडे बूटे ना लाए ने यह भी तकरीबन कोई 40-40, 50-50 साल हो गए ने। ते यह बूटे ने जनाब देसी अंब दे, अचारी अंब दे। ते उस तो अलावा भाई सरदार होर केड़े केड़े बूटे ने दे विच? अंबां दे ने, जामनुआं दे ने। ठीक है। और पर अमरूदां दे ने। ठीक है। ते अंब होर केड़ी नसल दे ने? अंब दशहरी है, माल्टा है, देसी है। ठीक है। बड़ी मेहरबानी जनाब तुहाडी, अल्लाह ताला तुहानू सेहत तंदुरुस्ती अता फरमाए और तुसीं इस तरह ही दौड़दे भजदे रहो जनाब। तो यह साढ़े डेरियां का जी बड़ा ही खूबसूरत माहौल है। तो हुण तुहानू असीं लै के चलने आ जनाब भाई मुहम्मद काला मुंशी साहब उन्होंने डेरे से चलने आ, तो तुहानू दिखाने आ उन्होंने डेरे की भी खूबसूरती। मैं जी पहुँच चुकिया वहां मुहम्मद रियाज मुंशी साहब उन्होंने डेरे के उपर। तो माशाला डेरे के उपर जड़े ने अंबा के दरखत कसरत के नाल लगे ने, कोई 10-12 दरखत जड़े ने ना वो लगे ने। तो माशाला भी डेरा काफ़ी देर तो आबाद है, इतने मुलाकात तो नहीं किसी ना हो सकी। तो वेख सकते उन्हें डेरे के उपर माल शाल जड़ा ना बने है, इस तरफ जनाब मझा गाइया, तो पिछे जनाब कम कर रहे ने जमींदार अपना चारा जड़ा ना वो बना रहे ने अपने डंगर वास्ते। तो भाई रियाज साहब उन्हां दे बेटे नज़र आए ने, ते उन्हां दे नाल जनाब असीं लगाने आ गपशप ते उन्हां को पुछने आ इस डेरे दी तारीख दे बारे विच। अजी लै के आए ने कमाद ते नाल शटाला लै के आए ने भाई मुहम्मद रियाज साहब उन्हां दे साहबजादे जनाब सजाद साहब। ते इन्हां नाल गलबात करने ते इन्हां को पुछने आ कि डेरा जिहड़ा ना किन्ना कर पुराना वे। ते मेरे वास्ते जनाब इस वेले लिआण दे ने गन्ना कि तुहानू सब तो पहला ठंडा ठंडा गन्ना जिहड़ा ना चुपाइए ते गल करांगे बाद दे विच। ते बड़ा ही जनाब वसी डेरा पिछे बड़े खूबसूरत ना कमरे जिहड़े ने ना वह बनाए ने, उत्थे बंदे ने अपने डंगर। ते इस वेले डंगर जिहड़े ने ना खुले अपना जनाब सूरज की रोशनी दे विच ने, ए देख सकदे बैक साइड ते सूरज दे विच जनाब रोशनी लगी है, डंगर बैठे ने। ते डंगर भी जिहड़े ना साडे वाल वेखण दे ने कि साडी बनण दई है वीडियो। सजाद भाई तुहाडी उम्र किन्नी हो गई है? हैं कोई 25 साल है वे? नहीं घटे घटे। ते अडेरा तुहाडा किन्नी किन्ना कर पुराना वे? डेरा बहुत पुराना है। कोई अंदाजा नहीं कोई किन्ने कर साल हो गए ने? कोई 40-50 साल हो गए ने? हां जी आने तो हो गए ने। जी जी। ते वाला साहब किधर गए ने? जनाब तुहानू लैके जाने डेरा छावां दा, ते उत्थों दे जनाब तुहानू दिखाने सूरत हाल की ताज़ा ताज़ा उत्थों दी सूरत हाल। ते सब तो पहला हुण असीं इत्थे चुपांगे सजाद भाई को गन्ना। ए जनाब ए सजाद भाई ने ना सानू दित्ता जी गन्ना, बड़ी मेहरबानी जनाब शुक्रिया। ते पट्ठे शट्ठे वढ ले ने? वढण दे आ लैंदे ने। अच्छा अच्छा। अगे अपने अगले डेरे दी तरफ असी जी इस वेले पहुँच चुके हैं जी डेरा शावां दा। माशाल्लाह सैयद जुनेद शाह साहब इस डेरे दे जनाब माशाल्लाह रूहे रवान है। ते इस डेरे दे उत्ते बड़ी खूबसूरती जनाब इस तरफ शाह साहब होना ने माशाल्लाह बड़ा प्यारा जनाब लंगर खाना बनाया। ते इत्थे हर जुमेरात दे जुमेरात जनाब माशाला आवाम दे विच लंगर तकसीम किया जाता है, महफले पाक होंदी है। और इस डेरे दे नाल जनाब बड़े खूबसूरत लिमू दे और अमरूद दे बाग ने, ते तरह तरह के जनाब इत्थे जिहड़े ने ना दरखत वो लगे हुए ने, साएदार भी ने ते फलदार भी ने। माशाला यह डेरा भी जिहड़ा वो वेखण दे लायक है, काबले दीद है डेरा। ते माशाला इन्हां भी काफ़ी रकबे के उपर जी है ना गंदम वो लगाइए, और इत्थे भी जर्री तरक्याती जनाब तजर्बे जिहड़े ना बड़े हुंदे ने। और इत्थे शावर सिस्टम भी जिहड़ा ना खेतों नूं सराब करने वास्ते लगाया गया वे। और मशाला काफ़ी मुलाजम जिहड़े ने इत्थे कम करदे ने, मुलाजमां दे इस तरफ रिहायशां ने, इत्थे रहिंदे ने जनाब।
ਅਤੇ ਸ਼ਾਹ ਸਾਹਿਬ ਬੜੇ ਨਫੀਸ ਤਬੀਅਤ ਦੇ ਮਾਲਕ ਨੇ, ਬੜੇ ਮਾਸ਼ਾਅੱਲਾ ਅੱਛੇ ਔਰ ਭਲੇ ਇਨਸਾਨ ਨੇ, ਅਤੇ ਬਹੁਤ ਜਾਣੇ ਪਹਿਚਾਣੇ ਜਨਾਬ ਸ਼ਖਸੀਅਤ ਨੇ ਇਲਾਕੇ ਦੇ ਵਿੱਚ, ਮਾਸ਼ਾਅੱਲਾ ਉਹਨਾਂ ਦਾ ਇੱਕ ਨਾਂ ਹੈ। ਅਤੇ ਇਹੋ ਜਨਾਬ ਉਹਨਾਂ ਦੇ ਡੇਰੇ ਦਾ ਵੀ ਤੁਹਾਨੂੰ ਕਰਵਾ ਦਿੱਤਾ ਅੱਜ ਵਿਜ਼ਿਟ। ਅਤੇ ਮਾਸ਼ਾਅੱਲਾ ਜਿਹੜੇ ਜਾਨਵਰ ਨੇ, ਛੋਟੇ ਪਰਿੰਦੇ ਨੇ ਜਿਹੜੇ, ਉਹਨਾਂ ਵਾਸਤੇ ਇੱਕ ਬੜਾ ਖੂਬਸੂਰਤ ਪੂਲ ਜਿਹੜਾ ਨਾ ਬਣਿਆ ਪਾਣੀ ਦਾ। ਅਤੇ ਉੱਥੇ ਜਨਾਬ ਸਾਰਾ ਦਿਨ ਬਤਖਾਂ ਵਗੈਰਾ ਜਿਹੜੀਆਂ ਨਾ ਉਹਦੇ ਵਿੱਚ ਰਹਿੰਦੀਆਂ ਨੇ। ਅਤੇ ਉਸ ਤੋਂ ਇਲਾਵਾ ਜਾਨਵਰਾਂ ਵਾਸਤੇ ਜਿਹੜੇ ਡੰਗਰ ਰੱਖੇ ਨੇ, ਉਹਨਾਂ ਵਾਸਤੇ ਬੜਾ ਖੂਬਸੂਰਤ ਜਿਹੜਾ ਨਾ ਉਹਨਾਂ ਬਾੜਾ ਬਣਾਇਆ ਵੇ, ਜਿੱਥੇ ਜਨਾਬ ਬਿਹਤਰੀਨ ਥੱਲੇ ਫਰਸ਼ ਜਿਹੜਾ ਨਾ ਉਹ ਵਿਛਾਇਆ, ਤਾਂ ਕਿ ਜਾਨਵਰ ਜਿਹੜੇ ਨੇ ਨਾ ਉਹ ਗੰਦ ਦੇ ਨਾਲ ਲਿਬੜਨ ਨਾ। ਅਤੇ ਇਹ ਸੀ ਜਨਾਬ ਸਾਡੀ ਅੱਜ ਦੀ ਜਿਹੜੀ ਨਾ ਵੀਡੀਓ। ਉਮੀਦ ਕਰਾਂਗੇ ਤੁਹਾਨੂੰ ਸਾਡੇ ਪੰਜਾਬ ਦੇ ਸਾਡੇ ਪਿੰਡ ਦੇ ਜਿਹੜੇ ਡੇਰੇ ਨੇ ਬੜੇ ਖੂਬਸੂਰਤ ਲੱਗੇ ਹੁੰਦੇ। ਅਗਰ ਡੇਰੇ ਲੱਗੇ ਹੋਣ ਚੰਗੇ, ਤਾਂ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਦੇਣੀ ਹੈ। ਇਹਦੇ ਨਾਲ ਜੀ ਸਾਡੀ ਅੱਜ ਦੀ ਵੀਡੀਓ ਹੋ ਗਈ ਹੈ ਮੁਕੰਮਲ। ਅਗਰ ਵੀਡੀਓ ਲੱਗੇ ਚੰਗੀ, ਤਾਂ ਵੀਡੀਓ ਨੇ ਇੱਕ ਲਾਈਕ ਕਰ ਦੇਣਾ, ਔਰ ਜੋ ਦੋਸਤ ਮੇਰੇ ਚੈਨਲ 'ਤੇ ਨਏ ਨੇ ਉਹ ਜਲਦੀ ਜਲਦੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ, ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਬਰ ਵਕਤ ਮਿਲਦਾ ਰਹੇ। ਮੈਨੂੰ ਦੇਵੋ ਇਜਾਜ਼ਤ, ਹਮੇਸ਼ਾ ਹੱਸਦੇ ਰਹੋ, ਵਸਦੇ ਰਹੋ, ਖੁਸ਼ ਰਹੋ, ਆਬਾਦ ਰਹੋ। ਅੱਲਾ ਹਾਫਿਜ਼।